ਦਾ ਕਯੂਬ ਰੂਟ ਆਫ ਦਾ ਫੋਲੋਇੰਗ ਐਂਡ ਆ ਦੋ ਪਾਰਟ ਆ ਏ ਐਂਡ ਬੀ ਇਹਨਾਂ ਦੇ ਕਯੂਬ ਰੂਟ ਪਤਾ ਕਰਨੇ ਆ ਪ੍ਰਾਈਮ ਫੈਕਟਰਾਇਜ਼ੇਸ਼ਨ ਮੈਥਡ ਦੇ ਨਾਲ ਸੋ ਸਭ ਤੋਂ ਪਹਿਲਾਂ ਮੈਂ 64 ਦੇ ਪ੍ਰਾਈਮ ਫੈਕਟਰਾਇਜ਼ੇਸ਼ਨ ਯੂਜ਼ ਕਰਕੇ ਪ੍ਰਾਈਮ ਨੰਬਰ ਪਤਾ ਕਰਾਂਗੀ ਇਹ ਸਾਰੇ 2 ਦੇ ਟੇਬਲ ਤੇ ਜਾਣਗੇ ਬਿਕਾਜ਼ ਦੇ ਆਰ ਈਵਨ ਨੰਬਰ ਠੀਕ ਹੈ ਸੋ ਜਿਹੜਾ ਕਯੂਬ ਰੂਟ ਦਾ ਸਾਈਨ ਹੁੰਦਾ ਨਾ ਉਹ ਇਸ ਤਰੀਕੇ ਨਾਲ ਹੁੰਦਾ ਇੱਥੇ 3 ਹੁੰਦਾ ਠੀਕ ਹੈ ਜੇ 3 ਨਹੀਂ ਲਾਵਾਂਗੇ ਉਹ ਸਕੁਅਰ ਰੂਟ ਬਣ ਜਾਏਗਾ ਤੇ ਜੇ ਅਸੀਂ ਦੇਖੀਏ ਤੇ ਇਹਨਾਂ ਦੇ 3 3 ਦੇ ਪੇਅਰ ਬਣਦੇ ਪਏ ਆ ਸਕੁਅਰ ਰੂਟ ਦੇ ਵਿੱਚ ਆਪਾਂ 2 2 ਦੇ ਪੇਅਰ ਬਣ ਕੇ ਬਣਾ ਕੇ ਤੇ ਫਿਰ ਵਿੱਚੋਂ ਇੱਕ ਇੱਕ ਜਿਹੜਾ ਸਿੰਗਲ ਲਈਦਾ ਇਹਦੇ ਵਿੱਚੋਂ 3 3 ਵਿੱਚੋਂ ਇੱਕ ਇੱਕ ਸਿੰਗਲ ਲੈਣਾ ਠੀਕ ਹੈ ਸੋ ਇਹਦੇ ਵਿੱਚ ਇੱਕ 2 ਲਿਆ ਮਲਟੀਪਲਾਈ ਇਹਦੇ ਵਿੱਚ ਇੱਕ 2 ਲਿਆ ਠੀਕ ਹੈ ਸੋ ਇਹਦਾ ਕਯੂਬ ਰੂਟ ਜਿਹੜਾ ਉਹ 4 ਆ ਗਿਆ ਸਾਨੂੰ ਕਿੱਦਾਂ ਪਤਾ ਲੱਗੂਗਾ ਕਿ 4 ਹੀ ਆ ਤੁਸੀਂ 4 ਨੂੰ ਤਿੰਨ ਵਾਰ ਮਲਟੀਪਲਾਈ ਕਰ ਲਓ ਠੀਕ ਹੈ ਤੇ ਫੋਨ ਨੂੰ ਤਿੰਨ ਵਾਰ ਮਲਟੀਪਲਾਈ ਕਰਨ ਤੇ 64 ਬਣ ਜਾਂਦਾ ਟੂ ਚੈੱਕ ਜੇਕਰ ਤੁਸੀਂ ਇਹਨੂੰ ਚੈੱਕ ਕਰਨਾ ਚਾਹੁੰਦੇ ਹੋ ਠੀਕ ਹੈ ਸਵੇਪ ਹੋ ਗਿਆ ਕਿ ਸਾਡਾ ਜਿਹੜਾ ਆਨਸਰ ਹੈ ਉਹ ਠੀਕ ਹੈ ਉਸ ਤੋਂ ਬਾਅਦ ਅਸੀਂ ਇਹ ਥੋੜਾ ਵੱਡਾ ਲੈ ਲਿਆ ਮੈਂ ਇਹਦੇ ਪਿਛੇ 8 ਲੱਗਾ ਇਟ ਇਜ਼ ਈਵਨ ਨੰਬਰ ਸਭ ਤੋਂ ਪਹਿਲਾਂ ਇਹਨੂੰ ਅਸੀਂ 2 ਦੇ ਨਾਲ ਡਿਵਾਈਡ ਕਰਾਂਗੇ ਨੈਕਸਟ ਫੇਰ ਅਗੇਨ 2 ਦੇ ਨਾਲ ਫੇਰ ਅਸੀਂ 2 ਦੇ ਨਾਲ ਪਿੱਛੋਂ ਦੇਖ ਲਿਆ ਕਰੋ ਨਾ ਜੇ ਈਵਨ ਨੰਬਰ ਆ ਫਿਰ ਉਹ 2 ਦੇ ਨਾਲ ਹੀ ਹੋ ਰਹੇ ਆ ਨੈਕਸਟ 2 ਦੇ ਨਾਲ ਨਹੀਂ ਹੋ ਸਕਦਾ ਇਹ ਜਾਊਗਾ 11 ਤੇ ਨੈਕਸਟ ਇਹ ਫਿਰ 11 ਤੇ ਜਾਂਦਾ ਆ ਜੇਕਰ ਤੁਹਾਨੂੰ ਡਾਇਰੈਕਟ ਨਹੀਂ ਪਤਾ ਲੱਗਦਾ ਤੁਹਾਨੂੰ ਡਿਵਾਈਡ ਕਰਕੇ ਦੇਖਣਾ ਪੈਣਾ ਕਿ ਇਹ ਜਿਹੜਾ ਆ ਇਹ ਕਿਹੜੇ ਟੇਬਲ ਤੇ ਜਾ ਰਿਹਾ ਠੀਕ ਹੈ ਹਾਂਜੀ ਹੁਣ ਅਸੀਂ ਇਹਨਾਂ ਦੇ ਪੀਅਸ ਬਣਾਵਾਂਗੇ 2 ਦਾ ਇੱਕ ਪੇਰ ਬਣ ਰਿਹਾ ਇੱਕ ਪੇਰ 11 ਦਾ ਸੋ ਇੱਕ 2 ਅਸੀਂ ਬਾਹਰ ਲਵਾਂਗੇ ਇੱਕ 11 ਇਹ ਤੁਹਾਡਾ ਆਨਸਰ ਆ ਜਾਊਗਾ 22 ਠੀਕ ਹੈ ਜੇਕਰ ਤੁਸੀਂ ਚੈੱਕ ਕਰਨਾ ਚਾਹੁੰਦੇ ਹੋ ਤੇ 22 ਨੂੰ 3 ਵਾਰ ਮਲਟੀਪਲਾਈ ਕਰ ਲਓ ਤੁਹਾਡਾ ਆਨਸਰ ਆਣਾ ਚਾਹੀਦਾ ਠੀਕ ਹੈ ਥੈਂਕਸ ਫॉर ਵਾਚਿੰਗ